ਅਤੇ ਅੱਜ ਮੈਂ ਬਣਾਵਾਂਗੀ ਸਟਰੀਟ ਸਟ੍ਰਾਈਡ ਨਿਊਟਰੀ ਕੁਲਚਾ। ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਸਟਰੀਟ ਸਟ੍ਰਾਈਡ ਨਿਊਟਰੀ ਕੁਲਚਾ, ਉਹ ਵੀ ਤੁਸੀਂ ਘਰ ਬਣਾ ਕੇ ਤਿਆਰ ਕਰ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ। ਹੇ ਐਵਰੀਵਨ, ਵੈਲਕਮ ਬੈਕ, ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਅਤੇ ਸਭ ਤੋਂ ਪਹਿਲਾਂ ਇੱਥੇ ਮੈਂ ਲੈ ਲਿੱਤੀ ਹੈ ਸੋਇਆ, ਯਾਨੀ ਕਿ ਨਿਊਟਰੀ। ਇੱਥੇ ਮੈਂ ਛੋਟੀ ਵਾਲੀ ਨਿਊਟਰੀ ਯੂਜ਼ ਕਰ ਰਹੀ ਹਾਂ, ਤੁਸੀਂ ਚਾਹੋ ਤਾਂ ਵੱਡੀ ਨਿਊਟਰੀ ਵੀ ਯੂਜ਼ ਕਰ ਸਕਦੇ ਹੋ। ਤਾਂ ਇੱਥੇ ਮੈਂ ਰੱਖਿਆ ਪਾਣੀ, ਪਾਣੀ ਦੇ ਵਿੱਚ ਮੈਂ ਪਾਇਆ ਥੋੜ੍ਹਾ ਜਿਹਾ ਨਮਕ, ਥੋੜ੍ਹੀ ਜਿਹੀ ਚੀਨੀ, ਅਤੇ ਅਸੀਂ ਉਹਦੇ ਵਿੱਚ ਪਾ ਦਿੱਤੀ ਹੈ ਨਿਊਟਰੀ। ਇਹਨੂੰ ਅਸੀਂ ਉਦੋਂ ਤੱਕ ਕੁੱਕ ਕਰਾਂਗੇ ਜਦ ਤੱਕ ਸਾਡੀ ਨਿਊਟਰੀ ਥੋੜ੍ਹੀ ਜਿਹੀ ਸੌਫਟ ਨਾ ਹੋ ਜਾਵੇ। ਦੂਸਰੀ ਸਾਈਡ 'ਤੇ ਮੈਂ ਇੱਕ ਜਾਰ ਦੇ ਵਿੱਚ ਲਿੱਤਿਆ ਟਮਾਟਰ, ਮਿਰਚਾਂ ਅਤੇ ਅਦਰਕ। ਇਹਦਾ ਅਸੀਂ ਫਾਈਨ ਪੇਸਟ ਤਿਆਰ ਕਰ ਲਾਂਗੇ, ਕਿਉਂਕਿ ਇਹ ਪੇਸਟ ਜਿਹੜਾ ਇਹ ਤੜਕੇ ਦੇ ਵਿੱਚ ਅਸੀਂ ਯੂਜ਼ ਕਰਾਂਗੇ। ਤਾਂ ਦੂਸਰੀ ਸਾਈਡ 'ਤੇ ਅਸੀਂ ਦੇਖ ਸਕਦੇ ਹਾਂ ਨਿਊਟਰੀ ਸਾਡੀ ਪ੍ਰੋਪਰ ਕੁੱਕ ਹੋ ਚੁੱਕੀ ਹੈ। ਇਹਨੂੰ ਅਸੀਂ ਇਸ ਤਰ੍ਹਾਂ ਡਰੇਨ, ਯਾਨੀ ਕਿ ਹੱਥਾਂ ਨਾਲ ਨਿਚੋੜ ਕੇ ਇਹਨੂੰ ਇਹਦਾ ਜਿੰਨਾ ਵੀ ਪਾਣੀ ਹੈ ਸਾਰਾ ਨਿਕਾਲ ਲਵਾਂਗੇ, ਅਤੇ ਡਰਾਈ ਪਾਰਟ ਅਸੀਂ ਇੱਕ ਸਾਈਡ 'ਤੇ ਰੱਖ ਦੇਵਾਂਗੇ। ਤਾਂ ਫਿਰ ਮੈਂ ਇੱਥੇ ਪੈਨ ਦੇ ਵਿੱਚ ਲਿੱਤੀ ਹੈ ਪਾਣੀ, ਅਤੇ ਉਹਦੇ ਵਿੱਚ ਪਾਵਾਂਗੇ ਚਾਹ ਪੱਤੀ। ਇਹਨੂੰ ਅਸੀਂ ਕਾੜ ਕੇ ਨਿਊਟਰੀ ਦੇ ਵਿੱਚ ਯੂਜ਼ ਕਰਾਂਗੇ। ਜਾਰ ਦੇ ਵਿੱਚ ਮੈਂ ਲਿੱਤੇ ਹੈ ਅਨੀਅਨਸ ਅਤੇ ਧਨੀਆ ਦੇ ਡੰਠਲ, ਇਹਨੂੰ ਅਸੀਂ ਗ੍ਰਾਇੰਡ ਕਰਾਂਗੇ। ਫਿਰ ਮੈਂ ਲਿੱਤੇ ਹੈ ਖੜ੍ਹੇ ਮਸਾਲੇ, ਯਾਨੀ ਕਿ ਜੀਰਾ, ਲੌਂਗ, ਵੱਡੀ ਇਲਾਇਚੀ, ਛੋਟੀ ਇਲਾਇਚੀ, ਕਾਲੀਆਂ ਮਿਰਚਾਂ ਅਤੇ ਤੇਜ ਪੱਤਾ। ਇਹਨੂੰ ਅਸੀਂ ਥੋੜ੍ਹਾ ਜਿਹਾ ਗੋਲਡਨ ਬਰਾਊਨ ਹੋਣ ਤੱਕ ਕੁੱਕ ਕਰਾਂਗੇ, ਅਤੇ ਅਨੀਅਨ ਅਤੇ ਧਨੀਆ ਦੇ ਡੰਠਲ ਇਹਦੇ ਵਿੱਚ ਐਡ ਕਰਾਂਗੇ, ਅਤੇ ਇਹਨੂੰ ਗੋਲਡਨ ਬਰਾਊਨ ਹੋਣ ਤੱਕ ਕੁੱਕ ਕਰਾਂਗੇ। ਦੂਸਰੀ ਸਾਈਡ 'ਤੇ ਸਾਡਾ ਚਾਹ ਪੱਤੀ ਵਾਲਾ ਪਾਣੀ ਵੀ ਰੈਡੀ ਹੋ ਚੁੱਕਿਆ ਸੀ, ਇਹਨੂੰ ਅਸੀਂ ਇੱਕ ਸਾਈਡ 'ਤੇ ਰੱਖਾਂਗੇ। ਫਿਰ ਮੈਂ ਲੱਛੇਦਾਰ ਪਿਆਜ਼ ਕੱਟ ਕੇ ਇਸ ਤਰ੍ਹਾਂ ਇਹਨੂੰ ਗੋਲਡਨ ਬਰਾਊਨ ਹੋਣ ਤੱਕ ਕੁੱਕ ਕਰਾਂਗੇ, ਕਿਉਂਕਿ ਇਹਦੀ ਵੀ ਅਸੀਂ ਜਿਹੜੀ ਪਿਊਰੀ ਹੈ ਉਹ ਅਸੀਂ ਯੂਜ਼ ਕਰਾਂਗੇ ਤੜਕੇ ਦੇ ਵਿੱਚ। ਫਿਰ ਮੈਂ ਇੱਥੇ ਅਦਰਕ, ਧਨੀਆ ਅਤੇ ਲਸਣ ਨੂੰ ਇਸ ਤਰ੍ਹਾਂ ਅਸੀਂ ਗ੍ਰਾਇੰਡ ਕਰ ਲਿਆ, ਤਾਂ ਇਹਨੂੰ ਅਸੀਂ ਤੜਕੇ ਦੇ ਵਿੱਚ ਯੂਜ਼ ਕੀਤਾ। ਫਿਰ ਜਿਹੜਾ ਅਸੀਂ ਇਹ ਮਸਾਲਾ ਹੈ ਇਹਨੂੰ ਵੀ ਅਸੀਂ ਗੋਲਡਨ ਬਰਾਊਨ ਹੋਣ ਤੱਕ ਕੁੱਕ ਕੀਤਾ ਹੈ। ਫਿਰ ਉਸ ਤੋਂ ਬਾਅਦ ਇਹਨੂੰ ਅਸੀਂ ਪਲੇਟ ਦੇ ਵਿੱਚ ਨਿਕਾਲ ਕੇ ਥੋੜ੍ਹਾ ਜਿਹਾ ਠੰਡਾ ਕਰਾਂਗੇ। ਫਿਰ ਇਹਨੂੰ ਅਸੀਂ ਡਾਇਰੈਕਟ ਜਾਰ ਦੇ ਵਿੱਚ ਟ੍ਰਾਂਸਫਰ ਕਰਨ ਤੋਂ ਬਾਅਦ ਇਹਦਾ ਵੀ ਅਸੀਂ ਇੱਕ ਫਾਈਨ ਪੇਸਟ ਤਿਆਰ ਕਰਾਂਗੇ। ਤਾਂ ਦੂਸਰੀ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਸਾਡਾ ਤੜਕਾ ਵੀ ਥੋੜ੍ਹਾ ਜਿਹਾ ਗੋਲਡਨ ਬਰਾਊਨ ਹੋ ਚੁੱਕਾ ਹੈ। ਫਿਰ ਮੈਂ ਇਹਦੇ ਵਿੱਚ ਪਾਈ ਹੈ ਲਾਲ ਮਿਰਚੀ, ਕਸ਼ਮੀਰੀ ਲਾਲ ਮਿਰਚੀ। ਫਿਰ ਮੈਂ ਪਾਇਆ ਹਲਦੀ, ਇਹਦੇ ਵਿੱਚ ਸਾਰੇ ਤੁਸੀਂ ਖੜ੍ਹੇ ਮਸਾਲੇ ਯੂਜ਼ ਕਰਨੇ ਹੈ। ਫਿਰ ਮੈਂ ਪਾਇਆ ਗਰਮ ਮਸਾਲਾ, ਉਸ ਤੋਂ ਬਾਅਦ ਮੈਂ ਪਾਈ ਹੈ ਇਹਦੇ ਉੱਤੇ ਕਸਤੂਰੀ ਮੇਥੀ। ਇਹਨੂੰ ਅਸੀਂ ਥੋੜ੍ਹਾ ਜਿਹਾ ਸੋਟੇ ਬਰਾਊਨ ਹੋਣ ਤੱਕ ਕੁੱਕ ਕਰਾਂਗੇ। ਫਿਰ ਮੈਂ ਐਡ ਕਰਾਂਗੀ ਪਾਣੀ, ਪਾਣੀ ਪਾਉਣ ਤੋਂ ਬਾਅਦ ਇਹਨੂੰ ਅਸੀਂ ਥੋੜ੍ਹਾ ਜਿਹਾ 4-5 ਮਿੰਟ ਵਾਸਤੇ ਗ੍ਰੇਵੀ ਦੀ ਤਿਆਰ ਕਰਾਂਗੇ। ਇਹਨੂੰ ਅਸੀਂ ਢੱਕ ਕੇ ਕੁੱਕ ਕਰਾਂਗੇ। ਕੁੱਕ ਕਰਨ ਤੋਂ ਬਾਅਦ ਜਿਹੜਾ ਅਸੀਂ ਪਿਆਜ਼ ਕੱਟਿਆ ਸੀ, ਜਿਹੜਾ ਫਰਾਈ ਕੀਤਾ ਸੀ, ਉਹ ਅਸੀਂ ਇਹਦੇ ਵਿੱਚ ਐਡ ਕਰਾਂਗੇ। ਐਡ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਮਿਕਸ ਕਰਨ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਐਡ ਕਰਾਂਗੀ ਜਿਹੜੀ ਅਸੀਂ ਸਭ ਤੋਂ ਪਹਿਲਾਂ ਪਿਊਰੀ ਤਿਆਰ ਕੀਤੀ ਸੀ ਟਮਾਟਰ, ਅਦਰਕ, ਤੇਲ, ਮਿਰਚਾਂ ਦੀ, ਉਹ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ। ਤਾਂ ਇਹਨੂੰ ਅਸੀਂ 10-15 ਮਿੰਟ ਵਾਸਤੇ ਕੁੱਕ ਕਰਾਂਗੇ, ਉਹ ਵੀ ਢੱਕ ਕੇ। ਫਿਰ ਤੋਂ ਅਸੀਂ ਇਹਦੇ ਵਿੱਚ ਐਡ ਕਰਾਂਗੇ ਚਾਹ ਪੱਤੀ ਵਾਲਾ ਪਾਣੀ, ਟੇਸਟ ਦੇ ਅਕੋਰਡਿੰਗ ਨਮਕ। ਇਹਨੂੰ ਅਸੀਂ 4-5 ਮਿੰਟ ਵਾਸਤੇ ਪ੍ਰੋਪਰ ਕੁੱਕ ਕਰਨਾ ਹੈ, ਕਿਉਂਕਿ ਇਹ ਜਿਹੜਾ ਨਿਊਟਰੀ ਅਸੀਂ ਤਿਆਰ ਕਰ ਰਹੇ ਹਾਂ ਇਹਨੂੰ ਪ੍ਰੋਪਰ ਪੇਸ਼ੈਂਸ ਦੇ ਨਾਲ ਕੁੱਕ ਕਰਨਾ ਹੈ, ਕਿਉਂਕਿ ਇਹਦੀ ਗ੍ਰੇਵੀ ਜਿਹੜੀ ਹੈ ਉਹ ਅਗਰ ਵਧੀਆ ਬਣੇਗੀ ਤਾਂ ਹੀ ਨਿਊਟਰੀ ਵਧੀਆ ਬਣੇਗੀ। ਤਾਂ ਇਸ ਲਈ ਘੱਟੋ ਘੱਟ ਤੁਹਾਨੂੰ ਇਸ ਚੀਜ਼ ਨੂੰ ਅੱਧਾ ਘੰਟਾ ਜਾਂ ਘੱਟੋ ਘੱਟ 40-45 ਮਿੰਟ ਲੱਗ ਸਕਦੇ ਨੇ। ਤਾਂ ਇਹਨੂੰ ਅਸੀਂ ਪੇਸ਼ੈਂਸ ਦੇ ਨਾਲ ਕੁੱਕ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਨਿਊਟਰੀ ਦਾ ਕਲਰ ਬਹੁਤ ਵਧੀਆ ਆਇਆ। ਇਹਨੂੰ ਅਸੀਂ ਗਾਰਨਿਸ਼ ਕਰਾਂਗੇ ਕਸੂਰੀ ਮੇਥੀ ਦੇ ਨਾਲ। ਉਸ ਤੋਂ ਬਾਅਦ ਮੈਂ ਸਪ੍ਰਿੰਕਲ ਕੀਤਾ ਗਰਮ ਮਸਾਲਾ ਅਤੇ ਧਨੀਆ ਦੇ ਨਾਲ। ਅਤੇ ਨਿਊਟਰੀ ਤਾਂ ਸਾਰੀ ਰੈਡੀ ਹੋ ਚੁੱਕੀ ਹੈ, ਤਾਂ ਨਿਊਟਰੀ ਦੇ ਨਾਲ ਅਸੀਂ ਸਰਵ ਕਰਾਂਗੇ ਕੁਲਚੇ। ਕੁਲਚੇ ਮੈਂ ਰੈਡੀਮੇਡ ਯੂਜ਼ ਕਰ ਰਹੀ ਹਾਂ। ਇਹਨੂੰ ਅਸੀਂ ਬਟਰ ਦੇ ਨਾਲ ਗਰੀਸ ਕਰਕੇ ਤਵੇ 'ਤੇ ਗੋਲਡਨ ਬਰਾਊਨ ਹੋਣ ਤੱਕ ਕੁੱਕ ਕਰਾਂਗੇ, ਤਾਂ ਕਿ ਥੋੜ੍ਹਾ ਜਿਹਾ ਕ੍ਰਿਸਪੀ ਪਨੇ ਦੇ ਵਿੱਚ ਆ ਜਾਵੇ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਗੋਲਡਨ ਬਰਾਊਨ ਕਲਰ ਆ ਚੁੱਕਾ ਹੈ। ਤਾਂ ਇਹਨੂੰ ਅਸੀਂ ਸਰਵ ਕਰਾਂਗੇ ਨਿਊਟਰੀ ਕੁਲਚਾ ਅਤੇ
ਲੱਛੇਦਾਰ ਪਿਆਜ਼ ਦੇ ਨਾਲ, ਅਤੇ ਉੱਤੋਂ ਗਾਰਨਿਸ਼ ਕਰਾਂਗੇ ਧਨੀਆ ਅਤੇ ਥੋੜ੍ਹਾ ਜਿਹਾ ਬਟਰ। ਬਟਰ ਦੇ ਨਾਲ ਇਹਦਾ ਟੇਸਟ ਹੋਰ ਜ਼ਿਆਦਾ ਵੱਧ ਜਾਂਦਾ ਹੈ। ਤਾਂ ਮੈਂ ਤਾਂ ਚੱਲੀ ਇਹਨੂੰ ਖਾਣ, ਮੈਂ ਮਿਲਾਂਗੀ ਆਪਣੀ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਬਾਏ।